ਦੋਸਤੋ ਕੀ ਹਾਲ ਚਾਲ ਨੇ ਜਨਾਬ ਤੁਸੀਂ ਵੇਖਦੇ ਪਏ ਹੋ ਆਪਣਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਦੀਮ ਖਰਲ ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਹੈ ਕਿ ਅੱਛੀ ਤੇ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਹਮੇਸ਼ਾ ਹੀ ਤਰ੍ਹਾਂ ਵੀਰਾਂ ਨੂੰ ਮਿਲਦਾ ਰਹੇ ਵੀਰ ਵੇਖਦੇ ਰਹਿਣ ਅੱਲਾ ਦੇ ਖਾਸ ਫਜ਼ਲ ਦੇ ਨਾਲ ਲੈ ਕੇ ਹਾਜ਼ਰ ਹੋਇਆ ਇੱਕ ਨੀਲੀ ਦਾ ਨਾਯਾਬ ਔਰ ਬਿਹਤਰੀਨ ਤੋਹਫਾ ਵੀਰਾਂ ਦੀ ਨਜ਼ਰ ਅੱਜ ਦੀ ਵੀਡੀਓ ਦੇ ਵਿੱਚ ਜਨਾਬ ਸਿੱਖੂ ਕਾ ਵਟੂ ਬਰੀਡ ਦੇ ਵਿੱਚੋਂ ਜਨਾਬ ਇਹ ਝੋਟਾ ਮੂੰਹ ਤੋਂ 6 ਦੰਦੇ ਮਾਲੀ ਦੂਜੀ ਏ ਔਰ ਵੀਰਾਂ ਦੇ ਸਾਹਮਣੇ ਸਫੈਦ ਚਿੱਟੀਆਂ ਅੱਖਾਂ ਔਰ ਜਨਾਬ ਮੱਥੇ ਤੋਂ ਹਲਕੀ ਜੀ ਫੁੱਲੀ ਸਿਰ ਕਤਰੀ ਕਤਰੀ ਕਿੰਗਰੀ ਵਾਲਾ ਸੇਖੂ ਕਾ ਵੱਟੂ ਬਰੀਡ ਦੇ ਵਿੱਚੋਂ ਅੱਜ ਦਾ ਜਨਾਬ ਝੋਟਾ ਖਾਸ ਨੀਲੀ ਦਰਿਆ ਦੇ ਉੱਪਰ ਖੜਾ ਹੈ ਔਰ ਜਨਾਬ ਵੀਰਾਂ ਦੀ ਨਜ਼ਰ ਕਰਨ ਲੱਗੇ ਹੈ। ਲੋਕ ਕਹਿੰਦੇ ਨੇ, ਦੋਸਤ ਕਹਿੰਦੇ ਨੇ, ਐਸੀ ਬਰੀਡ ਦੇ ਵਿੱਚੋਂ ਸਾਨੂੰ ਝੋਟਾ ਦੇਣਾ ਹੈ। ਇਹ ਸਰਵਰ ਸੇਖੂ ਕਾ ਬਿਲਕੁਲ ਗੁੱਦੋ ਕੀ ਜਨਾਬ ਪਤਨ ਜਿਹੜਾ ਹੈ ਉਹਦੇ ਨਾਲ ਹੀ ਰਹਿੰਦੇ ਨੇ ਸਰਵਰ ਸੇਖੂ ਕਾ ਸਾਹਿਬ। ਉਹਨਾਂ ਦੇ ਘਰ ਦਾ ਜਨਾਬ ਇਹ ਝੋਟਾ ਹੈ, ਮੂੰਹੋਂ ਛੱਗਾ ਮਾਲੀ ਦੂਜੀ ਹੁਣ ਕਰਨ ਲੱਗਿਆ ਹੈ, ਪਹਿਲੀ ਕਰ ਚੁੱਕਿਆ ਹੈ। ਔਰ ਜਨਾਬ ਅਗਰ ਸੇਖੂ ਕਹਿੰਦੇ ਘਰ ਦਾ ਝੋਟਾ ਸਾਬਤ ਨਾ ਹੋਏ, ਮਾਲਕ ਕਹਿੰਦੇ ਨੇ ਇੱਥੇ ਛੁਰੀ ਫੇਰ ਦੇਣੀ ਹੈ, ਉਹਨਾਂ ਦੇ ਘਰੇ ਪਲਿਆ ਨਾ ਹੋਵੇ, ਉਹਨਾਂ ਦੇ ਘਰੇ ਦੁੱਧ ਨਾ ਪੀਤੇ ਹੋਣ, ਉਹਨਾਂ ਦੀ ਮਸਜਿਦ 'ਚ ਨਾ ਹੋਵੇ, ਅਸੀਂ ਜਨਾਬ ਇੱਥੇ ਛੁਰੀ ਫੇਰ ਦਿਆ ਜੇ ਇਸ ਕੱਟੇ ਨੂੰ ਔਰ ਕੱਟਾ ਜਨਾਬ ਵੀਰਾਂ ਨੂੰ ਵੰਡ ਦਿਆ ਜੇ। ਅੱਲਾ ਦੇ ਫਜ਼ਲ ਨਾਲ ਗੱਲਾਂ ਨਹੀਂ ਕੰਮ ਨੇ, ਬੜਾ ਖੂਬਸੂਰਤ ਝੋਟਾ, ਬੜੀ ਨਾਯਾਬ ਨੀਲੀ ਦੀ ਨਸਲ ਦੇ ਵਿੱਚੋਂ ਅੱਲਾ ਦੇ ਫਜ਼ਲ ਨਾਲ, ਔਰ ਜਨਾਬ ਬੜਾ ਆਲੋਕਾਰ ਔਰ ਨਾਯਾਬ ਹੀਰਾ ਇਨਸ਼ਾਅੱਲਾ ਵੀਰਾਂ ਦੀ ਨਜ਼ਰ ਹੈ। ਖਾਸ ਜਨਾਬ ਸੇਖੂ ਕਾ ਵੱਟੂ ਬਰੀਡ ਦੇ ਵਿੱਚੋਂ ਇਹ ਦੁਨੀਆ ਦਾ ਖੂਬਸੂਰਤ ਔਰ ਨਯਾਬ ਹੀਰਾ ਲੈ ਕੇ ਹਾਜ਼ਰ ਹੋਏ ਹਾਂ। ਇਨਸ਼ਾਅੱਲਾ ਵੀਰ ਰਾਜ਼ੀ ਹੋ ਜਾਣਗੇ, ਕਿਉਂਕਿ ਕੋਸ਼ਿਸ਼ ਹਮੇਸ਼ਾ ਨੀਲੀ ਬਾਰ ਦੀ, ਔਰ ਨੀਲੀ ਬਾਰ ਦਾ ਟਾਪ ਲੈਵਲ ਦਾ ਬਰੀਡਰ ਵੀਰਾਂ ਦੀ ਨਜ਼ਰ ਮੂੰਹ ਸਿਰਫ ਔਰ ਸਿਰਫ ਤੁਹਾਡੇ ਸਾਹਮਣੇ ਹੈ, ਔਰ ਮਾਸ਼ਾਅੱਲਾ ਕੱਦ ਬਹੁਤ ਵੀ ਤੁਹਾਡੇ ਸਾਹਮਣੇ ਹੈ। ਅਗਲੇ ਪੈਰ ਬੜੇ ਖੂਬਸੂਰਤ, ਕੋਈ ਧੁੰਨੀ ਦਾ ਨਿਸ਼ਾਨ ਨਹੀਂ, ਕੋਈ ਜਨਾਬ ਕੌਲੀ ਦਾ ਨਿਸ਼ਾਨ ਨਹੀਂ, ਚੰਗਾ ਸੰਡਾ, ਬੜਾ ਖੂਬਸੂਰਤ। ਦੂਜੀ ਮਾਲੀ ਦੇ ਵਿੱਚ ਅੱਲਾ ਦੇ ਫਜ਼ਲੋ ਕਰਮ ਨਾਲ ਨਾਯਾਬ ਹੀਰਾ ਜੀ ਵੀਰਾਂ ਦੀ ਨਜ਼ਰ ਕਰਨ ਲੱਗੇ ਹੈ, ਕਿਉਂਕਿ ਵੀਰ ਜਿਹੜੇ ਨੇ ਇਨਸ਼ਾਅੱਲਾ ਤੁਹਾਨੂੰ ਸਾਨੂੰ ਪਿਆਰ ਕਰਦੇ ਨੇ, ਔਰ ਅਸੀਂ ਵੀਰਾਂ ਵਾਸਤੇ ਹਮੇਸ਼ਾ ਨੀਲੀ ਦੇ ਬ੍ਰਾਂਡ ਲੈ ਕੇ ਹਾਜ਼ਰ ਹੁੰਦੇ ਹਾਂ। ਸੇਖੂ ਕਾ ਵੱਟੂ ਬਰੀਡ ਦੇ ਵਿੱਚੋਂ ਨੀਲੀ ਦਾ ਨਯਾਬ ਔਰ ਆਲਾ ਤਰੀਨ ਜਨਾਬ ਕਮਾਲ ਦਾ ਇਹ ਝੋਟਾ ਵੀਰਾਂ ਦੀ ਨਜ਼ਰ ਹੈ, ਔਰ ਇਨਸ਼ਾਅੱਲਾ ਵੀਰ ਰਾਜ਼ੀ ਹੋਣਗੇ, ਕਿਉਂਕਿ ਅਸੀਂ ਕਰਨੇ ਹਾਂ ਮਿਹਨਤ, ਔਰ ਮਿਹਨਤ ਦੇ ਬਦਲੇ ਪਿਆਰ ਮਿਲਦਾ, ਔਰ ਪਿਆਰ ਦੇ ਬਦਲੇ ਨੀਲੀ, ਔਰ ਸਤਲੁਜ ਬਾਰ ਦੇ ਵਿੱਚ ਜਨਾਬ ਸੇਖੂ ਕਾ ਵੱਟੂ ਬਰੀਡ ਪੂਰਾ ਜਨਾਬ ਲੱਪ ਲੱਪ ਅਤੇ ਫੁੱਟ ਫੁੱਟ ਰੇਤੇ ਦੇ ਵਿੱਚ ਜਨਾਬ ਫਿਰ ਕੇ ਇਹ ਨੀਲੀ ਦਾ ਟਾਪ ਲੈਵਲ ਦਾ ਬਰੀਡਰ ਵੀਰਾਂ ਦੀ ਨਜ਼ਰ ਕੀਤਾ ਹੈ। ਮਾਸ਼ਾਅੱਲਾ ਡਰਦਾ ਹੈ, ਕਿਉਂਕਿ ਕੈਮਰਾ ਕਦੇ ਵੇਖਿਆ ਨਹੀਂ, ਬਾਹਰ ਦਾ ਜਨਾਬ ਸੱਡਾ ਹੈ, ਔਰ ਜਨਾਬ ਤੁਹਾਡੇ ਸਾਹਮਣੇ ਮੂਤਰੀ ਵੀ ਜਾਂਦਾ, ਔਰ ਨਾਲ ਬਿਲਕੁਲ ਸਮਝਦਾ ਕਿ ਪਤਾ ਨਹੀਂ ਅਸੀਂ ਡਾਕਟਰ ਟੀਕਾ ਲਾਉਣ ਆ ਗਏ। ਹਾਲਾਂਕਿ ਇਹ ਜੀ ਕੋਈ ਗੱਲ ਨਹੀਂ, ਇਹਨੂੰ ਪਿਆਰ ਦੀ ਲੋੜ ਹੈ, ਹੁਣ ਤੱਕ ਮੂੰਹ ਦੇ ਵਿੱਚ ਹੱਥ ਪਾ ਕੇ ਖੜੇ ਰਹੇ ਹੈ, ਲੇਕਿਨ ਜਦੋਂ ਹੀ ਕੈਮਰਾ ਨਿਕਲਿਆ ਇਹਨੇ ਜਨਾਬ ਨਾਲ ਹੀ ਸਾਨੂੰ ਵੇਖ ਕੇ ਮੁਤਰਨ ਲੱਗ ਪਏ, ਔਰ ਇਹ ਸਾਰਾ ਕੁਛ ਵੀਰਾਂ ਦੇ ਸਾਹਮਣੇ। ਅਗਰ ਇਹ ਜਨਾਬ ਤੁਹਾਡੇ ਸਾਹਮਣੇ ਵੀਰਾਂ ਦੇ ਸਾਹਮਣੇ ਅੱਲਾ ਦੇ ਫਜ਼ਲ ਨਾਲ ਕੋਈ ਕਿਸੇ ਪਾਸੋਂ ਬੜਾ ਸੁਥਰਾ ਅਤੇ ਸੁੱਚਾ ਜਨਾਬ ਇਹ ਦਾਣਾ ਹੈ ਵੀਰਾਂ ਦੀ ਨਜ਼ਰ, ਇਨਸ਼ਾਅੱਲਾ ਸੇਖੂ ਕਾ ਵੱਟੂ ਬਰੀਡ ਦੇ ਵਿੱਚੋਂ ਅੱਜ ਦਾ ਨਾਯਾਬ ਤੋਹਫਾ ਇਨਸ਼ਾਅੱਲਾ ਵੀਰ ਰਾਜ। ਪਹਿਲੇ ਹੱਥ ਫੇਰੋ, ਪਹਿਲੇ ਹੱਥ ਫੇਰੋ ਨਾ, ਪਹਿਲੇ ਹੱਥ ਫੇਰੋ, ਪਤਾ ਹੋਵੇ ਕਿ ਮੈਨੂੰ ਕੁਛ ਨਹੀਂ ਆਉਂਦੇ। ਹੱਥ ਫੇਰੋ, ਮੂੰਹ ਫਿਰ ਫੜੀ, ਐਵੇਂ ਪਰੇਸ਼ਾਨ ਨਾ ਕਰੋ, ਡਰਿਆ ਖੜਾ ਕੈਮਰੇ ਤੋਂ ਪਤਾ ਨਹੀਂ ਆਉਂਦਾ ਕਿ ਮੈਨੂੰ ਕੀ ਕਰਨਗੇ। ਹਾਲਾਂਕਿ ਕੋਈ ਐਸੀ ਗੱਲ ਨਹੀਂ, ਹੁਣ ਤੱਕ ਤੂੰ ਮੂੰਹ ਦੇ ਵਿੱਚ ਹੱਥ ਰੱਖਿਆ ਜਾਂਦੇ। ਬਿਸਮਿਲਾ, ਬਿਸ 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 ਪੁੱਤਰਾ, ਹਾਂ ਪੁੱਤਰਾ, ਨਾ ਪੁੱਤਰਾ, ਬਿਸ ਬਿਸ ਬਿਸ, ਮਾਸ਼ਾਅੱਲਾ। ਇਹ ਦੇਖੋ ਜੀ, ਸਿਰਫ ਕੈਮਰੇ ਤੋਂ ਡਰਿਆ ਹੋਇਆ, ਬਾਕੀ ਕੋਈ ਵਾਧਾ ਘਾਟਾ ਨਹੀਂ। ਅੱਲਾ ਦੇ ਫਜ਼ਲ ਨਾਲ ਸੇਖੂ ਕਹਿੰਦੇ ਘਰ ਦਾ ਝੋਟਾ ਨਾ ਹੋਵੇ, ਗੱਲਾਂ ਫਿਰ ਹੋਣਗੀਆਂ ਵੀਰਾਂ ਦੇ ਸਾਹਮਣੇ। ਬੜਾ ਨਯਾਬ ਏ, ਔਰ ਮਾਸ਼ਾਅੱਲਾ ਦੁਨੀਆ ਦਾ ਖੂਬਸੂਰਤ ਤਰੀਨ ਜਾਨਵਰ ਇਨਸ਼ਾਅੱਲਾ, ਨਸਲੋਂ ਜ਼ਾਤੋਂ ਖਾਨਦਾਨੋਂ ਅੱਲਾ ਦੇ ਫਜ਼ਲ ਨਾਲ ਇਨਸ਼ਾਅੱਲਾ ਕੋਈ ਕਮੀ ਨਹੀਂ ਕਿਸੇ ਪਾਸੋਂ। ਮਾਸ਼ਾਅੱਲਾ ਬੜਾ ਖੂਬਸੂਰਤ ਔਰ ਨਯਾਬ ਕੈਟਲ ਹੈ ਜੀ ਅੱਜ ਦੀ ਵੀਡੀਓ 'ਚ, ਬੜਾ ਆਲਾ ਤਰੀਨ ਜਾਨਵਰ ਏ ਇਨਸ਼ਾਅੱਲਾ। ਔਰ ਵੀਰ ਭਰਾ ਹਮੇਸ਼ਾ ਕੈਮਰੇ ਦੀ ਨਿਗਾਹ ਦੇ ਵਿੱਚ ਪੂਰੀ ਤਸੱਲੀ ਨਾਲ ਡੰਗਰ ਨੂੰ ਵੇਖਦੇ ਪਏ ਨੇ। ਬੜਾ ਖੂਬਸੂਰਤ ਝੋਟਾ ਜੀ, ਔਰ ਇਨਸ਼ਾਅੱਲਾ ਇਹ ਅੱਜ ਦੀ ਵੀਡੀਓ ਬੜੀ ਲਾਜਵਾਬ ਏ, ਔਰ ਪੂਰੀ ਤਸੱਲੀ ਕਰਵਾਈਏ ਝੋਟੇ ਦੀ, ਇਹਦੇ ਵਿੱਚ ਕੋਈ ਕਮੀ ਨਹੀਂ ਕਿਸੇ ਪਾਸੋਂ ਮਾਸ਼ਾਅੱਲਾ, ਕਿਉਂਕਿ ਚੀਜ਼ ਬੜੀ ਅਨਮੋਲ ਹੈ। ਬਾਬਾ ਜੀ ਆਓ, ਹਾਂ ਜ਼ਰਾ ਜੀ ਆਓ ਜੀ, ਜ਼ਰਾ ਇੱਥੇ ਮੇਰੇ ਕੋਲ ਆਓ ਬਜ਼ੁਰਗੋ, ਇੱਥੇ ਆਉਣਾ ਬਾਬਾ, ਇੱਥੇ ਇੱਥੇ ਇੱਧਰ ਆਓ ਜੀ, ਇੱਥੇ ਇੱਥੇ ਆਓ, ਇੱਥੇ ਕੈਮਰਾ ਜੀ। ਅਸਲਾਮ ਅਲੈਕੁਮ ਜੀ, ਕੀ ਹਾਲ ਚਾਲ ਨੇ? ਸ਼ੁਕਰ ਜੀ। ਕੀ ਨਾਂ ਜੇ? ਖੁਸ਼ੀ ਖੁਸ਼ੀ ਮੁਹੰਮਦ। ਬਾਬਾ ਖੁਸ਼ੀ ਮੁਹੰਮਦ, ਜਿਹੜਾ ਝੋਟਾ ਵਿਖਾਇਆ ਹੈ, ਇਹ ਤੁਹਾਡਾ ਇਸ ਝੋਟੇ ਦੀ ਕੀ ਗੱਲਬਾਤ ਹੈ, ਕੀ ਨਸਲਜ਼ਾਤ ਹੈ, ਕੀ ਖਾਨਦਾਨ ਹੈ, ਮਗਰੋਂ ਕਿਹੜੇ ਬੰਦਿਆਂ ਦਾ, ਕੀ ਗੱਲ? ਇਹ ਸਿੱਖੂ ਕੇ ਹਿੰਨ ਵੱਟੂ। ਸਿੱਖੂ ਕੇ ਵੱਟੂ? ਹਾਂ ਜੀ। ਕਿੱਥੇ? ਇਹ ਬੈਠੇ ਮਿੰਚਣਾਬਾਦ ਨਾਲ, ਮਿੰਚਣਾਬਾਦ ਨਾਲ ਵੇਲੇ ਰੱਖਦੇ ਅਗਲੇ ਪਾਸੇ। ਹਾਂ ਜੀ।
बड़े मशहूर ने सिखू के बड़े मशहूर की ना है सिखू का बटू दा सर्व सर्वर सिखू का सर्वर सिखू का बटू उनके घर दा अगर उनके घर दा ए बड़ा बड़ा ना है सिखू के बटू दा उन्हां दी मज्जी बड़ियां दुनिया च मशहूर ने हुण ए आ ना कि अगर उनके घर दा साबत ना होया ते फिर मोड़ इन छुरी फेर दियो मोड़ छुरी फेर दियो छुरी फेर दईए ते इन वंड दईए जी मांग ते उस तू लाया दा मेरा दोस्त है ਤੁਹਾਡਾ ਦੋਸਤ ਹੈ ਮੰਗ ਕੇ ਲਿਆਂਦਾ ਹੁਣ ਤੁਸੀਂ ਉਹਨਾਂ ਨੇ ਕਿਹਾ ਕਿ ਵੇਚਣਾ ਹੈ ਹਾਂ ਜੀ ਕੀ ਮੁੱਲ ਪਿਆ ਕਰਦੇ ਜੇ ਪੈਸਿਆਂ ਦਾ ਮੰਗਦੇ 5 ਪੈਸੇ 5 ਸਾਢੇ 4 ਦਾ ਜੋਟਾ ਸਾਢੇ 4 ਦਾ ਕੋਈ ਫਾਈਨਲ ਕਰ ਦਿਓ ਪੱਕੀ ਗੱਲ ਕਰ ਦਿਓ ਇੱਕੋ ਗੱਲ ਕਰ ਦਿਓ ਕਿ ਆਪਾਂ ਇਸ ਤੋਂ ਨਲੀ ਵੱਡ ਗੱਲ ਹੈ ਇਸ ਤੋਂ ਬਾਅਦ ਆਪਾਂ 1 ਰੁਪਿਆ ਨਹੀਂ ਛੱਡਣਾ ਜਿਹੜਾ ਸਾਈਆਂ ਮੈਨੂੰ ਦੱਸਾ ਹੈ ਨਾ ਹਾਂਜੀ ਮੈਂ ਉਹ ਤੇਰੇ ਨਾਲ ਪਿਆ ਕਰ ਉਹ ਕਰਦੇ ਪਿਆ ਜੀ ਹੁਣ ਕੋਈ ਫਾਈਨਲ ਜੀ ਗੱਲ ਪੱਕੀ ਕੋਈ ਦੱਸੋ ਜਿਹੜੀ ਉਹਨਾਂ ਨੇ ਕੀਤੀ ਹੈ ਜਿਹਨੇ ਤੋਂ ਆਪਾਂ ਰੁਪਿਆ ਵੀ ਨਹੀਂ ਛੱਡਣਾ ਉਹ ਦੱਸੋ 4 ਤੋਂ ਘਟਣਾ 4 ਲੱਖ ਤੋਂ 1 ਰੁਪਿਆ ਵੀ ਨਹੀਂ ਕਰਨਾ अच्छा ये जनाब 4.5 मुल कर दे जे 4 तो आप 1 रुपया भी घट नहीं, नहीं देना सिखू के वटुआ दे कर दे सर्वर सिखू के वटू दे कर दे ये जोटा मेरा दोस्त है मैं मांग के ले मांग के ले आंदा अच्छा किनिया महीने आ दियां मेरी है 12-13 12-13 चंगिया ने चंगिया वेखी नीली ते किन्नी उम्र होगी मई रख देनु मेरी तो 70 साल उम्र अच्छा ते मई विच जम्मे पले क्यों होर ते रहंदा केड़ी जगह ते ए भी इलाका दस ए नीली बार ते दरिया दे उत्ते खड़े दरिया दे उत्ते खड़े इंदे झूठ ते नहीं बग्गे वाला दा ए लोग हया करदे ने मेरी चिट्टी दाढ़ी है ਇਹਦਾ ਝੂਠ ਨਹੀਂ ਕੂੜ ਮਾਰ ਤੇ ਲੈਣਾ ਕੀ ਹੈ ਅਗਰ ਇਹ ਸਿੱਖੂ ਕਹਿੰਦੇ ਘਰ ਦਾ ਸਾਬਤ ਨਾ ਹੋਇਆ ਤੇ ਛੁਰੀ ਫਿਰ ਜਾਣੀ ਹੈ ਜੀ ਬਿਲਕੁਲ ਜੀ ਫੇਰ ਦਿਓ ਫੇਰ ਦੇ ਕੋਈ ਇਤਰਾਜ਼ ਨਹੀਂ ਇਹ ਤਾਂ ਵੰਡ ਦਈਏ ਵੰਡ ਦਿਓ ਅੱਛਾ ਮਗਰੂ ਪਤਾ ਲੱਗ ਜਾਣਾ ਬਿਲਕੁਲ ਸਰਵਰ ਦੱਸਿਆ ਜੇ ਨਾ ਹਾਂ ਸਰ ਸਰਵਰ ਸਿੱਖੂ ਦਾ ਉਹਦੇ ਘਰ ਦਾ ਉਹਦੇ ਘਰ ਸਿੱਖੂ ਕੇ ਵਟੂਆ ਜੀ ਸਾਬਤ ਨਾ ਹੋਵੇ 4 ਲੱਖ ਰੁਪਇਆ ਮੁੱਲ ਹੈ ਫਾਈਨਲ 4.5 ਮੰਗਣਾ ਹੈ 4 ਤੋਂ ਘੱਟ ਰੁਪਇਆ ਨਹੀਂ ਦੇਣਾ ਨਹੀਂ ਤੇ ਮਾਲੀ ਦੂਜੀ ਕਰਦਾ ਪਏ ਦੂਜੀ ਮਾਲੀ ਪਹਿਲੀ ਮਾਲੀ ਦਾ ਜਨਾਬ ਬੰਦੇ ਬੱਚੇ ਬੁੱਚੇ ਹੈਗੇ ਨੇ ਸਾਰੇ ਪਿਛਲੇ ਤੁਸੀਂ ਮੰਗ ਕੇ ਲਿਆਂਦਾ 4 ਲੱਖ ਰੁਪਇਆ ਫਾਈਨਲ ਮੁੱਲ ਕਰਦੇ ਨੇ 4.5 ਕਰਕੇ 4 ਲੱਖ ਰੁਪਇਆ ਫਾਈਨਲ ਕਰਦੇ ਨੇ ਔਰ ਜਨਾਬ ਇਹ ਕਹਿੰਦੇ ਨੇ ਅਗਰ ਸਿੱਖੂ ਕੇ ਵਟੂਆ ਦੇ ਘਰ ਦਾ ਸਾਬਤ ਨਾ ਹੋਵੇ ਨਾਮ ਇਹਨਾਂ ਦਾ ਖੁਸ਼ੀ ਮੁਹੰਮਦ ਹੈ ਸਰਵਰ ਸਿੱਖੂ ਦਾ ਉਹਨਾਂ ਦੇ ਘਰ ਦਾ ਜਨਾਬ ਇਹ ਝੋਟਾ ਹੈ ਦੂਜੀ ਮਾਲੀ ਹੁਣ ਕਰਦਾ ਪਿਆ ਹੈ ਔਰ ਜਨਾਬ ਅਗਰ ਸਾਬਤ ਨਾ ਕਰ ਸਕੀਏ ਇਹਨੂੰ ਛੁਰੀ ਫੇਰ ਦੇਣੀ ਹੈ ਔਰ ਜਨਾਬ ਕਦਾ ਵੰਡ ਦਿਆ ਜੇ ਆਪਣਾ ਬਹੁਤ ਸਾਰਾ ਖਿਆਲ ਰੱਖਿਆ ਜੇ ਮਿਲਾਂਗੇ ਅੱਛੀ ਔਰ ਬਿਹਤਰੀਨ ਵੀਡੀਓ ਨਾਲ ਪਾਕਿਸਤਾਨ ਜ਼ਿੰਦਾਬਾਦ ਪਾਕ ਆਰਮੀ ਹਮੇਸ਼ਾ